जालंधर में पुलिस ने एक स्पा सेंटर में रेड करके सोमवार रात को 4 महिलाओं और 4 पुरुषों को हिरासत में लिया है। इनमें स्पा सेंटर का मैनेजर सुरेंद्र कुमार भी शामिल है। स्पा सेंटर की आड़ में जिस्म फरोशी का धंधा चल रहा था। एसीपी ने बताया कि पुलिस को सूचना मिली थी कि गुरु गोविंद सिंह मार्केट स्थित स्पा सेंटर ग्रैंड ब्यूटी सैलून में सेक्स रैकेट चल रहा है। पुलिस ने ट्रैप लगाकर एक पुलिस कर्मचारी को कस्टमर बनाकर भेजा था। सेंटर के अंदर सर्विस के बारे में पूछे जाने पर मैनेजर ने उसे लड़की दिखाई, मसाज के साथ सेक्स करने के लिए कीमत भी बताई। सिग्नल मिलते ही लेडी फोर्स के साथ पुलिस ने रेड की। ਸਾਡੇ ਕੋਲ ਜੀ ਅੱਜ ਆਪਣੇ ਖੁਫੀਆ ਸੂਤਰ ਤੋਂ ਇਨਫੋਰਮੇਸ਼ਨ ਮਿਲਦੀ ਸੀਗੀ, ਜਿਹੜਾ ਇੱਕ ਗੁਰੂ ਗੋਬਿੰਦ ਸਿੰਘ ਐਵੀਨਿਊ 'ਚ ਹੈਗਾ ਜੀ, ਉੱਥੇ ਇੱਕ ਬਿਊਟੀ ਸਲੂਨ ਹੈਗਾ, ਉੱਥੇ ਜਿਹੜਾ ਹੈਗਾ ਗਲਤ ਦੇ ਵਪਾਰ ਦਾ ਧੰਦਾ ਚੱਲਦਾ ਜੀ, ਜਿਸ 'ਤੇ ਸਾਡੇ ਇੱਕ ਜੁਆਇੰਟ ਓਪਰੇਸ਼ਨ 'ਚ ਜਿਹੜੀ ਸੀਗੀ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ, ਅਤੇ ਉਹਦੇ 'ਚ ਜਿਹੜੇ ਹੈਗੇ 4 ਕਪਲਸ ਨੂੰ ਰਾਊਂਡ ਆਫ ਕੀਤਾ ਗਿਆ ਜੀ, ਅਤੇ ਜੋ ਅਗਲੀ ਬਣਦੀ ਕਾਨੂੰਨੀ ਕਾਰਵਾਈ ਹੈ ਜੀ ਉਹਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਜੀ। ਸਰ ਕਾਫੀ ਚਿਰਾਂ ਤੋਂ ਇਹ ਕੰਮ ਚੱਲ ਰਿਹਾ ਸੀ, ਇਹ ਕਾਫੀ ਪੋਸ਼ ਏਰੀਆ ਵੀ ਮੰਨਿਆ ਜਾ ਰਿਹਾ, ਬਾਕੀ ਦੇ ਲੋਕਾਂ ਨੇ ਇੱਥੇ ਕੰਪਲੇਂਟ ਨਹੀਂ ਕੀਤੀ, ਅੱਜ ਤੁਹਾਨੂੰ ਪਤਾ ਲੱਗਾ ਕੰਪਲੇਂਟ ਐਸਾ ਸਾਡੇ ਕੋਲ ਆਪਾਂ ਔਨ ਦਾ ਰਿਕਾਰਡ ਤਾਂ ਨਹੀਂ ਮੈਂ ਇਸ ਟਾਈਮ ਤੁਹਾਨੂੰ ਕਹਿ ਸਕਦਾ, ਬਟ ਸਾਨੂੰ ਇਹ ਹਮੇਸ਼ਾ ਸਾਡੀ ਪ੍ਰਾਇਰਟੀ ਹੁੰਦੀ ਜਦ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਾਂ ਨੂੰ ਤਸਦੀਕ ਕਰਕੇ ਔਨ ਮੈਰਿਟਸ ਕਰੀਏ, ਅਤੇ ਅੱਜ ਸਾਡੇ ਕੋਲ ਪੁਖਤਾ ਇਨਪੁੱਟ ਸੀਗੀ, ਸਾਡੇ ਕੋਲ ਜੋ ਕਿ ਸਫਲਤਾ ਵੀ ਮਿਲੀ ਆਪਾਂ ਰੇਡ ਕੀਤੀ ਹੈ ਜੀ ਔਨ ਦਾ ਜਿਵੇਂ ਹੀ ਸਾਡੀ ਟੀਮ ਨੇ, ਅਤੇ ਸਫਲਤਾ ਮਿਲ ਕੇ ਜੋ ਹੁਣ ਆਪਾਂ ਕਾਰਵਾਈ ਉਹ ਬਣਦੀ ਉਹ ਕਰ ਵੀ ਰਹੇ ਹਾਂ ਜੀ। बता दें यहाँ प्रति ग्राहक से 2000 रुपए लिए जाते थे, रेगुलर कस्टमर को डिस्काउंट भी दिया जाता था। एसपी हरसिमरत सिंह ने कहा कि थाना रामा मंडी में धारा 3, 4 और 5 के तहत केस दर्ज किया गया है। न्यूज डेस्क।